ਹਾਰੋਂ ਦੀ ਕੈਦ ਮੁਕਾਲ ਯਾਰੋ ਮੈਯਦ ਸੈਯਦ ਦਾ ਉਮਤ ਕਮੀਨੀ ਤੇ ਪੁਲ ਬਗਦਾਦ ਸਮਾ ਗਈ ਰੋਂਦ ਤਾਈ ਵਧਿਆ ਇੰਜ ਮੌਤ ਰਜ਼ਾ ਦੇ ਆਇਓ ਬਾਬੇ ਦੀ ਵਤ ਸੈਣ ਦੇ ਜ਼ਖਾਮ ਲੁਖਾ ਤਾਈ ਤਾਂ ਮੈਂ ਪਿਆਦਾ ਵਿੱਚ ਜ਼ਿੰਦਾਨ ਦੇ ਮੂਸਾ ਕਾਜ਼ਮ ਕਿਵੇਂ ਔਖੀ ਕੈਦ ਨਿਭਾ ਗਏ ਵਿੱਚ ਜ਼ਿੰਦਾਨ ਦੇ ਮੂਸਾ ਕਾਜ਼ਮ ਕਿਵੇਂ ਔਖੀ ਕੈਦ ਨਿਭਾ ਗਏ ਵਿੱਚ ਜ਼ਿੰਦਾਨ ਦੇ ਮੂਸਾ ਕਾਜ਼ਮ ਕਿਵੇਂ ਔਖੀ ਕੈਦ ਨਿਭਾ ਗਏ ਕਿਵੇਂ ਔਖੀ ਕੈਦ ਨਿਭਾ ਗਏ ਹੋਇਆ ਕਿਆ ਏ ਚਾ ਮਜ਼ਦੂਰ ਜਨਾਜ਼ਾ ਸ਼ਹਾਦਾ ਆ ਕੇ ਭੁਲੇ ਬਗੇ ਦਾਦ ਸਮਾ ਸਦਕੋ ਵਜਾ ਮੌਲਾ ਮੂਸਾ ਕਾਜ਼ਮ ਦੀ ਬਹੁ ਵਾਲਾ ਜੇ ਗੁਰਬਤ ਪਛਣੋਏ ਨਾਮ ਵਤਨ ਤੇ ਤੋੜੇ ਬਹੁ ਔਲਾਦਾਈ ਪਿਓ ਦੇ ਮਈਆ ਤੇ ਕੋਈ ਨਾ ਵਤਨ ਤੇ ਤੋੜੇ ਬਹੁ ਔਲਾਦਾਈ ਪਿਓ ਦੇ ਮਈਆ ਤੇ ਕੋਈ ਨਾ ਕੋਈ ਨਾ ਆਇਆ ਇੱਕ ਬੇਵਾਰ ਸੇ ਕੈਦੀ ਮਰ ਗਏ ਜ਼ਾਲਮ ਐਲਾਨ ਕਰਾ ਸਾਰੇ ਵਾਕਿਆ ਸੁਣੀ ਬੈਠਿਓ ਜਾਣ ਦਿਓ ਮਾਵਾਂ ਦੀਆਂ ਝੋਲੀਆਂ ਦਾ ਜ਼ਿਕਰ ਪੈ ਸੁਣ ਦਿਓ ਮਜ਼ਦੂਰਾਂ ਜਨਾਜ਼ਾ ਚ ਆਇਆ ਇੱਕ ਤਵਾਂ ਨਾਮੀ ਔਰਤ ਜਿਹੜੀ ਇਮਾਮ ਦੇ ਜਨਾਜ਼ੇ ਨਾਲ ਵਹਿਣ ਪੀ ਕੇ ਰਹਿੰਦੀ ਹੈ ਜਿਹੜਾ ਵਹਿਣ ਕੀਤਾ ਮਿਸਰ ਪਿਛਣ ਵਹਿੰਦਾ ਤਵਾ ਮਾਈ ਨਾਲ ਜਨਾਜ਼ੇ ਦੇ ਰੋ ਰੋ ਕੇ ਵਹਿਣ ਕਰੇ ਹਾਏ ਰੋ ਰੋ ਕੇ ਵਹਿਣ ਕਰੇ ਹਾ ਧੀਆਂ ਆਣ ਕੇ ਰੋਂਦੀਆਂ ਤੈਂ ਕੋ ਇਹੋ ਦਰਦ ਜਿਗਰ ਕੋ ਖਾਗ ਇਜਾਜ਼ੇ ਮਾਮਤ ਨਾਲ ਮੁੱਲ ਘਰ ਗਏ ਕਿਹੜਾ ਮੰਦਰਾ ਨਾਲੇ ਜਾਵੇ ਇਮਾਮਤ ਸੈਯਦ ਪਹੁੰਚ ਗਏ ਜਨਾ ਘਰ ਵਿੱਚ ਆਪਣੇ ਪਹੁੰਚ ਗਏ ਘਰ ਵਿੱਚ ਆਪਣੇ ਆਖੇ ਰਾਤ ਅਖੀਰੀ ਅੱਜ ਦੀ ਮਿਲਣ ਦੀਆਂ ਕੋ ਕਾਜ਼ਮ ਆਗ ਸਾਰਾ ਦੁਆ ਮੰਗੋ ਬਾਹਰਵਾ ਕਾਲੇ ਸਹੀਦਾਂ ਦੇ ਗਮ ਹੁਣ ਖਤਮ ਹੋਵੇ ਸਾਡਾ ਦੇ ਦੁਸ਼ਮਣ ਬਰਬਾਦ ਹੋਵੇ ਮੈਂ ਦੁਆ ਲਿਖੀਏ ਆਲੇ ਬਾਹਰਵਾ ਕਾ ਜਗ ਤੇ ਮੌਲਾਈ ਤੇ ਕਾਇਮ ਮੌਲਾ ਸਭ ਜ਼ਾਲਿਮ ਨੇ ਉਮੜ ਕੇ